ਸਾਡੇ ਨਾਲ ਮੌਜੂਦ ਨੇ ਉਗਰਾਹ ਜੀ। ਉਗਰਾਹ ਜੀ ਕੀ ਫੈਸਲਾ ਹੋਇਆ, 1000 ਬੰਦੇ ਜਾਣਗੇ ਜੀ? ਸਾਡਾ 1000 ਬੰਦਾ 3:30 ਵਜੇ ਇੱਥੋਂ ਵਿਧਾਨ ਸਭਾ ਵੱਲ ਮਾਰਚ ਕਰੂਗਾ। ਉਹ ਮਾਰਚ ਸਾਡਾ ਮਟਕਾ ਚੌਂਕ ਤੱਕ ਜਾਊਗਾ। ਮਟਕਾ ਚੌਂਕ ਦੇ ਵਿੱਚ ਲੋਕੀ ਝੰਡਾ ਨੇਤਾ ਤੇ ਸਰਕਾਰ ਦਾ ਨੁਮਾਇੰਦਾ ਕੋਈ ਸਾਡਾ ਲੋਕ ਪੱਤਰ ਲੈ ਕੇ ਤੈਅ ਹੋ ਗਿਆ। 1000 ਬੰਦਾ 34 ਤੋਂ ਮਟਕਾ ਚੌਂਕ ਤੱਕ ਜਾਊਗਾ। ਕਿਹਨੂੰ ਦੇਣਾ ਤੁਸੀਂ ਮੈਮੋਰੈਂਡਮ? ਮੰਗ ਪੱਤਰ ਦੇਣਾ ਆਪ ਸਰਕਾਰ ਨੂੰ। ਆਪ ਸਰਕਾਰ ਦਾ ਕੋਈ ਵਜ਼ੀਰ ਆਉਂਦਾ, MLA ਆਉਂਦਾ, ਕੌਣ ਆਉਂਦਾ, ਇਹ ਤਾਂ ਉਹਦੀ ਗੱਲ ਹੈ, ਵਿਰੋਧੀ ਕਰਦੇ ਨੇ। ਅੱਛਾ, ਤੁਸੀਂ ਉੱਥੇ ਮੈਮੋਰੈਂਡਮ ਦਿਓਗੇ, CM ਆਫਿਸ ਤੋਂ ਕੋਈ ਆਏਗਾ ਜਾਂ ਕੀ ਗੱਲ ਹੋਈ? ਮਟਕਾ ਚੌਂਕ ਤੱਕ ਜਾਵਾਂਗੇ ਅਸੀਂ। ਮਟਕਾ ਚੌਂਕ ਇੱਥੇ ਦਾ ਮਾਰਚ ਹੋਊਗਾ, ਉੱਥੇ ਉਹ ਮੰਗ ਪੱਤਰ ਲੈ ਕੇ ਜਾਣਗੇ ਅਸੀਂ ਮੰਗ ਪੱਤਰ। 3:30 ਵਜੇ ਟਾਈਮ ਹੈ ਸਾਡੇ। ਤੁਸੀਂ ਜਿਹੜੀ ਮੀਟਿੰਗ ਹੋਈ ਹੈ, ਸਿੱਟਾ ਨਿਕਲਿਆ, ਤੁਸੀਂ ਸੈਟੀਸਫਾਈ ਹੋ? ਸੈਟੀਸਫਾਈ। 3:30 ਵਜੇ 1000 ਬੰਦਾ ਮਟਕਾ ਚੌਂਕ ਤੱਕ ਜਾਏਗਾ, 34 ਸੈਕਟਰ ਤੋਂ, ਔਰ ਉੱਥੇ ਮੈਮੋਰੈਂਡਮ ਦਿੱਤਾ ਜਾਵੇਗਾ। ਅੱਗੇ ਅੰਦੋਲਨ ਕਿਵੇਂ ਦੇਖਦੇ ਹੋ? ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ, ਜਿਹੜਾ ਸ਼ੰਭੂ ਬਾਰਡਰ ਤੇ ਬੈਠੇ ਨੇ, ਕਮੇਟੀ ਬਣਾਤੀ ਹੈ, ਪਰ ਇਹ ਕਮੇਟੀ ਲਈ ਲੈ ਕੇ ਜਿਹੜੀ ਬਣੀ ਹੈ ਕਿਸਾਨਾਂ ਨਾਲ ਗੱਲ ਕਰੇਗੀ? ਕਿਸਾਨਾਂ ਨਾਲ ਗੱਲ ਕਰਨਗੇ, ਸਾਨੂੰ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਜੀ। ਬਿਲਕੁਲ, ਇਹ 5 ਸਤੰਬਰ ਤੱਕ ਧਰਨਾ ਹੈ, ਫਿਰ ਅੱਗੇ ਦੀ ਰਣਨੀਤੀ ਕਿਵੇਂ? ਕਿਸਾਨਾਂ ਤੇ ਸਾਡੀਆਂ ਭੈਣਾਂ ਦਾ ਇੱਕ ਸੈਸ਼ਨ 4 ਤੱਕ ਚੱਲਣਾ ਹੈ ਜੀ। 4 ਨੂੰ ਅਸੀਂ ਮੀਟਿੰਗ ਕਰਾਂਗੇ, ਪੰਜਾਬ ਉਹਦੇ ਵਿੱਚ ਸੈਸ਼ਨ 'ਚ ਕੀ ਹੋਇਆ, ਕੀ ਨਹੀਂ ਹੋਇਆ, ਕੀ ਗੱਲਬਾਤ ਹੋਈ ਹੈ, ਉਹਦੇ ਬਾਰੇ ਫੈਸਲਾ ਕਰਦੇ। 4 ਨੂੰ 5 ਨੂੰ ਲਾਉਣਾ, 5 ਤੋਂ ਬਾਅਦ ਵੀ ਚੱਲ ਸਕਦਾ ਹੈ। ਦੇਖੋ, 5 ਦਾ 4 ਨੂੰ ਫੈਸਲਾ ਕਰਨ ਤੋਂ ਬਾਅਦ 5 ਨੂੰ ਲਾਉਣਾ ਕਰਾਂਗੇ, ਜਿਹੜਾ ਕੁਝ ਹੋਊਗਾ ਤੁਹਾਡੇ ਸਾਹਮਣੇ। ਤਾਂ ਸਾਫ ਕਹਿਤਾ ਉਗਰਾਹ ਜੀ ਨੇ ਕਿ 4 ਤੱਕ ਸੈਸ਼ਨ ਹੈ, ਸੈਸ਼ਨ ਵਿੱਚ ਕੀ ਹੋਏਗਾ ਉਸ ਤੋਂ ਬਾਅਦ ਫੈਸਲਾ ਲਵਾਂਗੇ, ਔਰ ਜਿਹੜੀ ਮੀਟਿੰਗ ਹੈ ਉਹ ਦੱਸੇਗੀ ਕਿ ਅੱਗੇ ਕਿਵੇਂ ਚੱਲੇਗਾ। ਜਿਹੜੀ ਕਿਸਾਨਾਂ ਦੀ ਗੱਲ ਹੈ ਸੁਪਰੀਮ ਕੋਰਟ ਦੀ, ਉਹਦੇ ਬਾਰੇ ਉਹ ਜਾਣਨ, ਲੇਕਿਨ ਅੱਜ ਦੀ ਜਿਹੜੀ ਡਿਟੇਲ ਹੈ, 1000 ਬੰਦਾ ਮਟਕਾ ਚੌਂਕ ਤੱਕ ਸੈਕਟਰ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸਾ, 3:30 ਵਜੇ ਇਹ ਜਿਹੜਾ ਮੈਮੋਰੈਂਡਮ ਹੈ ਉਹ ਦਿੱਤਾ ਜਾਏਗਾ ਜੀ। ਸਾਡੇ ਨਾਲ ਮੌਜੂਦ ਨੇ ਉਗਰਾਹ ਜੀ। ਉਗਰਾਹ ਜੀ ਕੀ ਫੈਸਲਾ ਹੋਇਆ, 1000 ਬੰਦੇ ਜਾਣਗੇ ਜੀ? ਸਾਡਾ 1000 ਬੰਦਾ 3:30 ਵਜੇ ਇੱਥੋਂ ਵਿਧਾਨ ਸਭਾ ਵੱਲ ਮਾਰਚ ਕਰੂਗਾ। ਉਹ ਮਾਰਚ ਸਾਡਾ ਮਟਕਾ ਚੌਂਕ ਤੱਕ ਜਾਊਗਾ। ਮਟਕਾ ਚੌਂਕ ਦੇ ਵਿੱਚ ਲੋਕੀ ਝੰਡਾ ਨੇਤਾ ਤੇ ਸਰਕਾਰ ਦਾ ਨੁਮਾਇੰਦਾ ਕੋਈ ਸਾਡਾ ਲੋਕ ਪੱਤਰ ਲੈ ਕੇ ਤੈਅ ਹੋ ਗਿਆ। 1000 ਬੰਦਾ 34 ਤੋਂ ਮਟਕਾ ਚੌਂਕ ਤੱਕ ਜਾਊਗਾ। ਕਿਹਨੂੰ ਦੇਣਾ ਤੁਸੀਂ ਮੈਮੋਰੈਂਡਮ? ਮੰਗ ਪੱਤਰ ਦੇਣਾ ਆਪ ਸਰਕਾਰ ਨੂੰ। ਆਪ ਸਰਕਾਰ ਦਾ ਕੋਈ ਵਜ਼ੀਰ ਆਉਂਦਾ, MLA ਆਉਂਦਾ, ਕੌਣ ਆਉਂਦਾ, ਇਹ ਤਾਂ ਉਹਦੀ ਗੱਲ ਹੈ, ਵਿਰੋਧੀ ਕਰਦੇ ਨੇ। ਅੱਛਾ, ਤੁਸੀਂ ਉੱਥੇ ਮੈਮੋਰੈਂਡਮ ਦਿਓਗੇ, CM ਆਫਿਸ ਤੋਂ ਕੋਈ ਆਏਗਾ ਜਾਂ ਕੀ ਗੱਲ ਹੋਈ? ਮਟਕਾ ਚੌਂਕ ਤੱਕ ਜਾਵਾਂਗੇ ਅਸੀਂ। ਮਟਕਾ ਚੌਂਕ ਇੱਥੇ ਦਾ ਮਾਰਚ ਹੋਊਗਾ, ਉੱਥੇ ਉਹ ਮੰਗ ਪੱਤਰ ਲੈ ਕੇ ਜਾਣਗੇ ਅਸੀਂ ਮੰਗ ਪੱਤਰ। 3:30 ਵਜੇ ਟਾਈਮ ਹੈ ਸਾਡੇ। ਤੁਸੀਂ ਜਿਹੜੀ ਮੀਟਿੰਗ ਹੋਈ ਹੈ, ਸਿੱਟਾ ਨਿਕਲਿਆ, ਤੁਸੀਂ ਸੈਟੀਸਫਾਈ ਹੋ? ਸੈਟੀਸਫਾਈ। 3:30 ਵਜੇ 1000 ਬੰਦਾ ਮਟਕਾ ਚੌਂਕ ਤੱਕ ਜਾਏਗਾ, 34 ਸੈਕਟਰ ਤੋਂ, ਔਰ ਉੱਥੇ ਮੈਮੋਰੈਂਡਮ ਦਿੱਤਾ ਜਾਵੇਗਾ। ਅੱਗੇ ਅੰਦੋਲਨ ਕਿਵੇਂ ਦੇਖਦੇ ਹੋ? ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਹੈ, ਜਿਹੜਾ ਸ਼ੰਭੂ ਬਾਰਡਰ ਤੇ ਬੈਠੇ ਨੇ, ਕਮੇਟੀ ਬਣਾਤੀ ਹੈ, ਪਰ ਇਹ ਕਮੇਟੀ ਲਈ ਲੈ ਕੇ ਜਿਹੜੀ ਬਣੀ ਹੈ ਕਿਸਾਨਾਂ ਨਾਲ ਗੱਲ ਕਰੇਗੀ? ਕਿਸਾਨਾਂ ਨਾਲ ਗੱਲ ਕਰਨਗੇ, ਸਾਨੂੰ ਉਹਦੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਜੀ। ਬਿਲਕੁਲ, ਇਹ 5 ਸਤੰਬਰ ਤੱਕ ਧਰਨਾ ਹੈ, ਫਿਰ ਅੱਗੇ ਦੀ ਰਣਨੀਤੀ ਕਿਵੇਂ? ਕਿਸਾਨਾਂ ਤੇ ਸਾਡੀਆਂ ਭੈਣਾਂ ਦਾ ਇੱਕ ਸੈਸ਼ਨ 4 ਤੱਕ ਚੱਲਣਾ ਹੈ ਜੀ। 4 ਨੂੰ ਅਸੀਂ ਮੀਟਿੰਗ ਕਰਾਂਗੇ, ਪੰਜਾਬ ਉਹਦੇ ਵਿੱਚ ਸੈਸ਼ਨ 'ਚ ਕੀ ਹੋਇਆ, ਕੀ ਨਹੀਂ ਹੋਇਆ, ਕੀ ਗੱਲਬਾਤ ਹੋਈ ਹੈ,
ਉਹਦੇ ਬਾਰੇ ਫੈਸਲਾ ਕਰਕੇ ਚਾਰ ਨੂੰ ਪੰਜ ਨੂੰ ਲਾ ਪੰਜ ਤੋਂ ਬਾਅਦ ਵੀ ਚੱਲ ਸਕਦਾ ਦੇਖੋ ਪੰਜ ਨਾ ਚਾਰ ਨੂੰ ਫੈਸਲਾ ਕਰਨ ਤੋਂ ਬਾਅਦ ਪੰਜ ਨੂੰ ਐਲਾਨ ਕਰਾਂਗੇ ਜਿਹੜਾ ਕੁਛ ਹੋਊਗਾ ਤੁਹਾਡੇ ਸਾਹਮਣੇ ਤਾਂ ਸਾਫ਼ ਕਹਿਤਾ ਹੋਊਗਾ ਰਾਜ ਨੇ ਕਿ ਚਾਰ ਤੱਕ ਸੈਸ਼ਨ ਹੈ ਸੈਸ਼ਨ ਵਿੱਚ ਕੀ ਹੋਏਗਾ ਉਸ ਤੋਂ ਬਾਅਦ ਫੈਸਲਾ ਲਵਾਂਗੇ ਔਰ ਜਿਹੜੀ ਮੀਟਿੰਗ ਹੈ ਉਹ ਦੱਸੇਗੀ ਕਿ ਅੱਗੇ ਕਿਵੇਂ ਚੱਲੇਗਾ ਜਿਹੜੀ ਕਿਸਾਨਾਂ ਦੀ ਗੱਲ ਹੈ ਸੁਪਰੀਮ ਕੋਰਟ ਦੀ ਕਿ ਉਹਦੇ ਬਾਰੇ ਉਹ ਜਾਣਨ ਲੇਕਿਨ ਅੱਜ ਦੀ ਜੋ ਡਿਟੇਲ ਹੈ 1000 ਬੰਦਾ ਮਟਕਾ ਚੌਂਕ ਤੱਕ ਸੈਕਟਰ ਪਟਿਆਲੇ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਬਰਾਸ ਦਿੱਤਾ ਜਾਏਗਾ 3:30 ਵਜੇ ਇਹ ਜਿਹੜਾ ਮੈਮੋਰੈਂਡਮ ਹੈ ਉਹ ਦਿੱਤਾ ਜਾਏਗਾ ਜੀ।